ਹਾਂਜੀ ਸਸ਼ੀਗਰ ਜੀ ਮੈਂ ਪੂਜਾ ਭਾਟੀਆ ਪੰਜਾਬੀ ਸਾਇਦਕਰ ਚੈਨਲ ਤੋਂ ਆਈ ਦੀ ਜਿਹੜੀ ਵੀਡੀਓ ਲੈ ਕੇ ਆਈਆਂ ਜਿਵੇਂ ਕਿ ਮੈਂ ਪੰਜ ਛੇ ਦਿਨਾਂ ਤੋਂ ਅਨਾਉਂਸ ਕਰ ਚੁੱਕੀ ਹੋਈ ਸੀ ਕਿ ਈਟੀਟੀ ਦੀਆਂ ਜਿਹੜੀਆਂ ਪੰਜਾਬੀ ਦਾ ਕੋਮਨ ਪੇਪਰ ਹੋਣ ਵਾਲਾ ਉਸ ਦੀਆਂ ਰਿਵੀਜ਼ਨ ਕਲਾਸਿਸ YouTube ਤੇ 29 ਤਰੀਕ ਨੂੰ ਮੈਂ ਸਟਾਰਟ ਕਰਾਂਗੀ ਮੇਰੀ ਕੋਸ਼ਿਸ਼ ਹੈ ਵਿਥਿਨ 6 ਸੋਰ 7 ਕਲਾਸਿਸ ਵਿੱਚ ਫੁੱਲ ਸਿਲੇਬਸ ਤੁਹਾਡਾ ਜਿਹੜਾ ਹੈ ਰਿਵਾਈਜ਼ ਕਰਵਾ ਦਾ ਜਿਸ ਵਿੱਚ ਮੈਂ ਕੁਐਸਚਨ ਵੀ ਡਿਸਕਸ ਕਰਾਂਗੀ ਮੈਟਰ ਵੀ ਡਿਸਕਸ ਕਰਾਂਗੀ ਔਰ ਪੇਪਰਾਂ ਵਿੱਚ ਕੀ ਆਉਣ ਦੇ ਚਾਂਸਸ ਹੈ ਉਹ ਵੀ ਦੱਸਾਂਗੀ ਚੰਡੀਗੜ੍ਹ ਪੇਪਰ ਦੀ ਮੈਂ ਅਨਾਉਂਸਮੈਂਟ ਕੀਤੀ ਸੀ ਕਿ ਪੇਪਰ ਈਜ਼ੀ ਰਹੇਗਾ ਔਰ 90% ਪੇਪਰ ਬਹੁਤ ਈਜ਼ੀ ਰਿਹਾ ਹੈ ਜਿਹਦੇ ਵਿੱਚ 50% ਪੇਪਰ ਜਿਹੜਾ ਸਟ੍ਰੇਟ ਲਾਈਨ ਟੂ ਲਾਈਨ ਆਇਆ ਹੋਇਆ ਔਰ ETT ਦੀ ਪੇਪਰ ਦੀ ਮੈਂ ਤੁਹਾਨੂੰ ਜੋ ਅਨਾਉਂਸਮੈਂਟ ਉਹ ਇਹ ਕਰਨਾ ਚਾਹਨੀ ਹਾਂ ਕਿ ਪੇਪਰ ਦਾ ਲੈਵਲ ਬਹੁਤ ਡਿਫਿਕਲਟ ਹੋਏਗਾ ਕਿਉਂਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਕੁਝ ਸਟੂਡੈਂਟ ਨੂੰ ਛਾੜਿਆ ਜਾਵੇ ਸੋ ਇਸ ਦੀ ਤਿਆਰੀ ਅੱਛੀ ਤਰ੍ਹਾਂ ਕਰ ਲੋ ETT ਦੀ ਔਰ ਸੈਕਿੰਡ ਔਰ ਵਿੱਚ ਪੂਰਾ ਪੋਰਸ਼ਨ ਮੈਂ ਤੁਹਾਨੂੰ ਰਿਵਾਈਜ਼ ਕਰਾਵਾਂਗੀ notification ਲਈ ਕਿ লাইਵ کلاس ਕਦੋਂ ਆ ਰਹੀ ਹੈ ਮੇਰੇ ਚੈਨਲ ਨੂੰ سبسਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਦਿਓ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਈ ਈਟੀਟੀ ਸਟੂਡੈਂਟਸ ਨੂੰ ਕਿ ਹਾਂਜੀ ਵੀ ਜਿਹੜੀ ਕਲਾਸ ਸਟਾਰਟ ਹੋਣ ਲੱਗੀ ਹੈ ਪ੍ਰੋਪਰ ਸਿਲੇਬਸ ਉਹਰੇ ਵਿੱਚ ਡਿਸਕਸ ਹੋਏਗਾ ਪ੍ਰੋਪਰ ਮੈਟਰ ਡਿਸਕਸ ਹੋਏਗਾ ਪੁਆਇੰਟਸ ਡਿਸਕਸ ਹੋਣਗੇ ਔਰ ਇੱਕ ਸੁਜੈਸ਼ਨ ਮੈਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਦੇਣਾ ਚਾਹਾਂਗੀ ਈਟੀਟੀ ਸਟੂਡੈਂਟ ਵਾਲਿਆਂ ਨੂੰ ਰੀਸੈਂਟਲੀ ਚੰਡੀਗੜ੍ਹ ਦਾ ਪੇਪਰ ਹੋਇਆ ਮੈਂ ਪ੍ਰੋਪਰ ਡਿਟੇਲ ਦੇ ਨਾਲ ਉਹ ਅਨਸਰ ਕੀ ਕਰਾਈ ਹੋਈ ਹੈ ਸਮਝਾਇਆ ਵੀ ਹੋਇਆ YouTube ਤੇ ਉਈ ਇੱਕ ਵਾਰ ਜ਼ਰੂਰ ਚੈੱਕ ਕਰ ਲਿਓ ਕਿਉਂਕਿ ਜੋ ਪੇਪਰ ਹੋਏ ਹੁੰਦੇ ਐ ਕੋਸ਼ਿਸ਼ ਜਿਹੜਾ ਕਾਫੀ ਹੱਦ ਤੱਕ ਉਹਦੇ ਵਿੱਚੋਂ ਐਜ਼ ਇਟ ਇਜ਼ ਕੁਐਸਚਨ ਚੱਕੇ ਜਾਂਦੇ ਆ। ਸੋ ਜੇ 150 ਮਾਰਕਸ ਸੌਰੀ 100 ਮਾਰਕਸ ਦਾ ਉਹ ਪੇਪਰ ਹੈ ਔਰ ਜੋ 10 ਕੁਐਸਚਨ ਵੀ ਚੱਕੇ ਜਾਂਦੇ ਆ ਤਾਂ ਬਹੁਤ ਵੇਟੇਜ ਮਿਲ ਜਾਂਦੀ ਐ ਤੁਹਾਨੂੰ ਸਾਰਿਆਂ ਨੂੰ। ਚੰਡੀਗੜ੍ਹ ਵਾਲਾ ਪੇਪਰ ਇੱਕ ਵਾਰ ਜ਼ਰੂਰ ਚੈੱਕ ਕਰ ਲਿਓ। ਠੀਕ ਐ ਜੀ ਤੇ ਸੋ ITT ਵਾਲੇ ਜਿਹੜੇ ਆਪਣੇ ਬੱਚੇ ਨੇ ਉਹਨਾਂ ਨੂੰ ਅਸੀਂ ਕੱਲ ਮਿਲਦੇ ਆ। ਖੁਸ਼ ਰਹੋ ਹਰ ਦਿਨ ਵਸੇ।